हेलो हेलो वीर जी, कितना टाइम लगू जी? हाँ जी 5 मिनट आ जा, आ जा सोने दिखन दे। आ गया वीर, आई जंदा। आ गया जी। राजीनामा क्यों किया? सजा दवाओ जे गलत वा, जे समाज दे दुश्मन उन्होंने सजा दवाओ। मैं सारा असि हो गए बच्चा वाल वेखे, थोड़ा जा दिल पिघल गया, माफी मांगदा मैं। कहिंदा पुत गलत बंदे नूं गलत ठहराओ, ਹੋਰ ਨਹੀਂ ਆਏ ਉਹਨਾਂ ਦਾ ਢਿੱਲ ਕਰਾਂਗੇ, ਅਸੀਂ ਗਲਤ ਨੂੰ ਗਲਤ ਹੀ ਕਵਾਂਗੇ। ਨੱਥ ਮੇਰੀ ਪੈਣੀ ਆ, ਫੇਰ ਹੀ ਪੈਣੀ ਆ ਜੀ, ਬਿਲਕੁਲ। ਦੋ ਤਿੰਨਾਂ ਨੂੰ ਅਕਲ ਆਊਗੀ ਤੇ ਫੇਰ ਹੀ ਆ, ਬਿਲਕੁਲ ਸਹੀ ਗੱਲ ਆ। ਓਏ ਓਏ ਦੂਜਾ ਸ਼ਮਸ਼ੇਰ ਬਾਬੇ ਲਾਉਂ ਉੱਥੇ। ਹੁਣ ਲੋਕੀ ਕਹਿੰਦੇ ਆ ਕਿ ਯਾਰ ਤੁਸੀਂ ਗਰੀਬਾਂ ਨੂੰ ਤੰਗ ਕਰਦੇ ਜੇ, ਹਨਾ ਯਾਰ। ਜੇ ਹੁਣ ਐਸ ਜਨਾਨੀ ਨੇ ਕੰਮ ਕੀਤਾ ਵਾ ਤੇ ਹੁਣ ਮੈਂ ਜਨਾਨੀ ਨੂੰ ਜਾ ਕੇ ਮਿਲਾਂਗਾ, ਮੈਂ ਹੁਣ ਗਵਾਂਢੀ ਨੂੰ ਤੇ ਜਾ ਕੇ ਮਿਲ ਨਹੀਂ ਲੈਣਾ। ਰਿਕੁਐਸਟ ਸੁਣੋ, ਹਾਂ ਹਰੇਕ ਬੰਦਾ ਹੀ ਦੁਨੀਆ ਤੇ ਗਰੀਬ ਆ, ਅਮੀਰ ਕੋਈ ਨਹੀਂ, ਹਰੇਕ ਬੰਦਾ ਰੋਟੀ ਖਾ ਕੇ ਸੌਂਦਾ। ਪਰ ਗਰੀਬ ਜਿਹੜਾ ਵੀ ਆ ਉਹ ਕਰਨ ਲੱਗਾ ਸੋਚੇ ਨਾ ਵੀ ਜਿਹਦੇ ਨਾਲ ਮੈਂ ਕਰਨ ਦਿਆਂ ਵੀ ਗਰੀਬ ਹੀ ਆ, ਜਿਹਦੇ ਨਾਲ ਧੱਕਾ ਕਰਨ ਦਿਓ ਵੀ ਗਰੀਬ ਆ, ਉਹ ਕਿਹੜਾ ਕੈਪਟਨ ਅਮਰਿੰਦਰ ਦੇ ਹੈਗੇ ਆ ਪੋਤਰੇ। ਹਰੇਕ ਬੰਦਾ ਮਾਤੜ ਆ ਇੱਥੇ, ਧੱਕਾ ਪਰ ਉਹਨਾਂ ਨੇ ਵੀ ਕੀਤਾ ਨਾ, ਜੋ ਗਰੀਬ ਆ ਤੇ ਗਰੀਬ ਗਰੀਬ ਨਾਲ ਧੱਕਾ ਕਿਉਂ ਕਰਦਾ? ਗਰੀਬ ਦਾ ਮਤਲਬ ਇਹ ਥੋੜੀ ਵੀ ਗਰੀਬ ਨੂੰ ਹੁਣ ਆਦ ਜਾ, ਨਹੀਂ ਨਹੀਂ, ਗਰੀਬ ਦਾ ਮਤਲਬ ਇਹ ਥੋੜੀ ਵੀ ਹੁਣ ਉਹਨੂੰ ਛੋਟ ਵਾ ਵੀ ਕਿਸੇ ਦੀਆਂ ਧੀਆਂ ਭੈਣਾਂ ਨੂੰ ਜਿੱਦਾਂ ਮਰਜ਼ੀ ਬਾਹਰ ਜਾ ਕੇ ਤੇ ਫਸਾ ਦਿਓ, ਆਪਦੀ ਗਰੀਬੀ ਦੂਰ ਕਰ ਲੈ, ਗਰੀਬੀ ਦੂਰ ਕਰ ਲੈ, ਗਰੀਬੀ ਦੂਰ ਕਰਨੀ ਉਹਨੇ ਪਾਤਸ਼ਾਹ ਨੇ। ਹਾਂਜੀ ਗਰੀਬੀ ਦੂਰ ਕਰਕੇ ਉਹ ਨਾ ਦਾ ਆ ਗਿਆ ਨਾ ਚ ਕੋਈ, ਨਹੀਂ ਇਹਨਾਂ ਚੋਂ ਨਹੀਂ ਹੋਣਾ, 5 ਮਿੰਟ ਹੁੰਦਾ ਹੀ ਲੱਗਣੇ। ਕਹਿੰਦਾ ਪਿੰਡ ਐਂਟਰ ਕਰ ਗਿਆ ਵਾ, ਇੱਕ ਬਹੁਤ ਗਲੀ ਜਿੱਕੇ ਦਖਲ ਹੋ, ਇਹੋ ਹੀ ਆ ਨਾ ਅਗਲਾ ਕਿ ਮਗਰਲਾ ਮੂਰਲਾ ਮੂਰਲਾ ਜਾਂ ਕਾਕਾ ਸੀ ਵਿਚਾਰਾ ਵੀ। ਹਲੋ ਨੰਗ ਲੈਂਦੇ ਨੰਗਾ ਦੋ, ਆ ਜਾ ਬਾਬੇ ਨੰਗੋ ਬੁਆ ਵੇਖ ਖੋਲ ਕੇ ਦਿੰਨੇ ਆ ਜੀ, ਸੇਵਾ ਸਾਥੀ ਵਾਲੇ ਬੁਆ ਖੋਲ ਕੇ ਲੰਘਾਉਣਗੇ ਕਾਕਾ ਸਿੰਘ ਜੀ ਨੂੰ। ਰਹਿੰਦੇ ਇੱਥੇ ਰਹਿੰਦੇ, ਹਾਂ ਇੱਥੇ ਗਾੜੀ ਹੋ ਗਈ ਤੁਹਾਡਾ। ਕਿੱਥੇ ਆਪਣਾ ਬ੍ਰਦਰ? ਆਇਓ ਆਇਓ ਵੀਰੇ, ਆਇਓ ਸਾਰੇ ਜਣੇ, ਆ ਵੀ ਵੀਰ ਆ ਗਿਆ, ਆ ਗਿਆ ਮੇਰੇ ਵੀਰ, ਹਨਾ ਚੁੱਪ ਰਿਓ, ਹਨਾ ਬਹੁਤਾ ਆਪਾਂ ਸ਼ਾਂਤੀ ਨਾਲ ਗੱਲ ਕਰਨੀ ਆ। ਬਿਲਕੁਲ ਵੀਰੇ, ਪਿਆਰ ਨਾਲ ਗੱਲ ਕਰਨੀ, ਹਾਂਜੀ ਹਾਂਜੀ, ਇੱਕ ਇੱਕ ਗਾਲੇ ਨਹੀਂ ਪੈਣਾ, ਪਿਆਰ ਸਰਕਾਰ ਨਾਲ ਗੱਲ ਕਰ, ਬਿਲਕੁਲ ਜੀ ਬਿਲਕੁਲ, ਗੱਲ ਨਹੀਂ ਬਾਬਾ ਜੀ ਸਾਡੀ ਸੇਵਾ ਸੈਂਟਰ, ਜਦੋਂ ਦੇ ਬਾਬਾ ਜੀ ਇੱਥੇ ਆਏ ਆ ਘੰਟਾ ਹੋ ਚੱਲਿਆ, ਆਪਾਂ ਕਿਸੇ ਨੂੰ ਕੁਝ ਗਿਆ ਬਾਬਾ ਜੀ? ਸਾਡੀ ਸਾਡਾ ਰੋਜ਼ ਦਾ ਕੰਮ ਇਹੋ ਆ, ਸਾਡੀ ਸੇਵਾ ਸੈਟੀ ਹੈ ਕਿ ਇਹਨਾਂ ਗਰਮ ਹੁੰਦੀ ਨਹੀਂ, ਪ੍ਰੇਮ ਨਾਲ ਮਸਲਾ ਹਲ ਹੁੰਦਾ ਫਿਰ ਰੌਲਾ ਕਾਹਦਾ ਪਾਉਂਦਾ, ਸਾਡੀ ਸੇਵਾ ਸੈਟੀ ਗੱਲ ਕਰਦੀ ਪਿਆਰ ਨਾਲ। ਹੋ ਠੀਕਾ ਵੀਰ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ ਫਤਿਹ। ਅਸੀਂ ਵੀਰ ਜੀ ਆਏ ਹਾਂ ਸੰਸਥਾ ਵੱਲੋਂ ਤਰਨ ਤਾਰਨ ਤੋਂ, ਬਿੰਦਰ ਕੌਰ ਤੁਹਾਡੀ ਵਾਈਫ ਆ? ਉਸ ਜਿਹੜੀ ਬਿੰਦਰ ਕੌਰ ਨਾਂ ਦੀ ਔਰਤ ਆ, ਉਹਨੇ ਸਾਡੀ ਭੈਣ ਨੂੰ ਬਾਹਰ ਬੁਲਾਇਆ ਦੁਬਈ ਦੇ ਮਸਕਟ ਦੇ ਵਿੱਚ, ਤੇ ਉਹ ਬੱਚੀ ਤੋਂ ਹੁਣ ਪੈਸੇ ਦੀ ਡਿਮਾਂਡ ਕਰ ਰਹੀ ਹੈ, ਗਲਤ ਤਰੀਕੇ ਨਾਲ ਬੁਲਾਇਆ, ਪੈਸੇ ਦੀ ਡਿਮਾਂਡ ਕਰ ਰਹੀ ਹੈ ਤੇ ਉਹਨੂੰ ਵਾਪਸ ਨਹੀਂ ਆਉਣ ਦਿੰਦੀ, ਕਹਿੰਦੀ ਆ ਕਿ 4 ਲੱਖ ਰੁਪਇਆ ਦੇ, ਹੁਣ ਕਹਿੰਦੀ ਆ ਕਿ 1,10,000 ਰੁਪਇਆ ਦੇ, ਪਾਸਪੋਰਟ ਉਹਦਾ ਜ਼ਬਤ ਕੀਤਾ ਆਪ, ਅਤੇ ਅਸੀਂ ਚਲੋ ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਤੁਸੀਂ ਸਾਡੇ ਭਰਾਵਾਂ ਵਰਗੇ ਜੀ, ਸਾਡਾ ਮਸਲਾ ਇਹੋ ਹੀ ਆ ਕਿ ਸਾਡੀ ਭੈਣ ਨੂੰ ਇੰਡੀਆ ਵਾਪਸ ਬੁਲਾਇਆ ਜਾਵੇ। ਬਿੰਦਰ ਨਾਲ ਗੱਲ ਹੋਈ ਆ, ਠੀਕ ਹੈ ਜੀ, ਪਰ ਸਾਨੂੰ ਹਜੇ ਤੱਕ ਨਿਆਂ ਨਹੀਂ ਮਿਲਿਆ, ਗਲਤ ਟੋਰਚਰ ਕਰਨ ਡਿਆ ਜੀ ਭੈਣ ਨੂੰ, ਗਲਤ ਤਰੀਕੇ ਨਾਲ ਰੋਂਦੀ ਆ ਭੈਣ, ਰੋਣ ਡਈ ਆ ਸਾਡੀ, 3-4 ਦਿਨ ਉਹਨੂੰ ਕਮਰੇ 'ਚ ਕੈਚ ਰੱਖਿਆ, ਬੰਦ ਕਰਕੇ ਰੱਖਿਆ, ਠੀਕ ਹੈ ਜੀ, ਪਾਸਵਰਡ ਉਹਦਾ ਖੋਇਆ ਵਾ, ਹੁਣ ਉਹਨੂੰ ਕਹਿੰਦੇ ਆ ਕਿ ਜੇ ਇੱਦਾਂ ਤਾਂ ਤੂੰ ਨਿਕਲ ਹੀ ਨਹੀਂ ਸਕਦੀ, ਜੇ ਤੂੰ ਕਾਰਵਾਈ ਕਰੇਗੀ ਨਾ, ਜੇ ਆਪਣੇ ਭਰਾਵਾਂ ਨੂੰ ਲੈ ਕੇ ਉੱਥੇ ਜਾਏਗੀ, ਇੱਦਾਂ ਤੂੰ ਨਿਕਲ ਹੀ ਨਹੀਂ ਸਕਦੀ। ਅਤੇ ਭਾਅ ਜੀ ਇਹ ਕੀ ਗੱਲਾਂ ਹੋਈਆਂ? ਭੈਣ ਰੋਂਦੀਆਂ ਦੀ ਮੈਨੂੰ, ਮੰਨ ਲਓ ਤੁਹਾਡੀ ਬੱਚੀ ਆ ਕਿਤੇ ਵਾਂਢੇ ਟਿੰਡੇ ਜਾਂਦੀ ਆ, ਉਹਦਾ ਜੀ ਨਹੀਂ ਲੱਗਦਾ, ਅਤੇ ਜੇ ਉਹ ਧੱਕੇ ਨਾਲ ਉੱਥੇ ਰੱਖਣਗੇ ਤਾਂ ਵਧੀਆ ਗੱਲ ਹੈ। ਭਾਅ ਜੀ ਹਫ਼ਤਾ ਹੀ ਹੋਇਆ ਜੇ ਤਾਂ, 11-12 ਤਰੀਕ ਦੀ ਗਈ ਆ, ਕਿਉਂਕਿ ਜਾਂਦੀ ਨੂੰ ਪਤਾ ਲੱਗ ਗਿਆ ਵੀ ਇਹ ਗੱਲ ਹੋਈ। ਓਕੇ।
ਕਰ ਦੋ ਸੰਸਥਾ ਵੱਲੋਂ ਆ ਆਪਾਂ ਓਦਾਂ ਨਹੀਂ ਆ ਸੰਸਥਾ ਵੱਲੋਂ ਆ ਠੀਕ ਹੈ ਜੀ ਸਾਡੀ ਭੈਣ ਸਾਡੀ ਇੱਕੋ ਬੇਨਤੀ ਹੱਥ ਜੋੜ ਕੇ ਪੈਸੇ ਪੈਰ ਫੜਾ ਲਓ ਸਾਡੀ ਬੇਟੀ ਇੱਧਰ ਲਿਆ ਦਿਓ ਚਲੋ ਆਪਾਂ ਦੁਬਾਰਾ ਫੋਨ ਕਰਦੇ ਹਾਂ ਸਾਡੀ ਭੈਣ ਦਾ ਮਸਲਾ ਹੱਲ ਕਰੋ ਬੈਠਣਾ ਸਾਡਾ ਕੋਈ ਨੀ ਵਿੱਚੇ ਜਾ ਗਿਆ ਜੀ ਧੰਨਵਾਦ ਤੁਹਾਡਾ ਇੱਕ ਪਾਣੀ ਪੀਏ ਬਾਬੇ ਪਾਣੀ ਰਹਿਣ ਪਾਣੀ ਇੱਥੋਂ ਆਪਦੇ ਘਰੋਂ ਲਿਆ ਦਿਓ ਇੱਥੋਂ ਨਾ ਦਿਓ ਸਾਨੂੰ ਆਪਣੇ ਘਰੋਂ ਪਾਣੀ ਲਿਆ ਦਿਓ ਇਹਨਾਂ ਦੇ ਘਰੋਂ ਨਾ ਪਾਣੀ ਦਿਓ ਹਾਂ ਇੱਥੋਂ ਗੁਆਂਢੀ ਦੇ ਘਰੋਂ ਫੜ ਦਿਓ ਹਨਾ ਕਿਉਂਕਿ ਸਾਨੂੰ ਤਾਂ ਇੱਥੋਂ ਤੱਕ ਹਦਾਇਤ ਆ ਕਿ ਸੰਗਤ ਤੋਂ ਇੱਥੋਂ ਤੱਕ ਹਦਾਇਤ ਵਾ ਕਿ ਉਸ ਘਰ ਦਾ ਪਾਣੀ ਵੀ ਨਾ ਪੀਓ ਜਿਹੜਾ ਘਰ ਏਦਾਂ ਕਰਦਾ ਆਪਾਂ ਕੀ ਗੱਲ ਕਰਨੀ ਆਪੇ ਕਰੇ ਮੈਂ ਨਹੀਂ ਕਰਦਾ ਹੁਣ ਗੱਲ ਤੁਸੀਂ ਆਪ ਹੀ ਗੱਲ ਕਰ ਲਓ ਆਪਾਂ ਤਾਂ ਕਰ ਲਈ ਉਹ ਕਹਿੰਦੀ ਆ ਵਾਹਿਗੁਰੂ ਧੰਨ ਗੁਰੂ ਰਾਮਦਾਸ ਕੋਈ ਗੱਲ ਨਹੀਂ ਭੈਣਾਂ ਬਣਾ ਲੈਣ ਦੋ ਆਪਾਂ ਕਿਹੜਾ ਆਪ ਤੇ ਆਪ ਆਉਣੀ ਆ ਤੇ ਸਗੋਂ ਫੋਨ ਆ ਗਿਆ ਲਾਊਡ ਸਪੀਕਰ ਲਾ ਕਰੀ ਕਰੋ ਗੱਲ ਹੈਲੋ ਹਾਂ ਕੀ ਮਸਲਾ ਇਹਨਾਂ ਕੀ ਮਸਲਾ ਇਹਨਾਂ ਦਾ ਮੇਰੀ ਗੱਲ ਸੁਣੋ ਉਹਨਾਂ ਕੋਲ ਰਿਕਾਰਡਿੰਗ ਰੱਖੀ ਬੈਠੇ ਆ ਵੀ ਸਾਨੂੰ ਧਮਕੀਆਂ ਦਿੰਦੇ ਰਿਕਾਰਡਿੰਗ ਸੁਣਾਈਆਂ ਤੁਹਾਨੂੰ ਕੋਈ ਕੰਮ ਨੀ ਨਹੀਂ ਆਪਾਂ ਨੰਬਰ ਕੀ ਕਰਨਾ ਕਿਸੇ ਦਾ ਚਲੋ ਉਹ ਤਾਂ ਵੱਖਰੀ ਗੱਲ ਆ ਹੁਣ ਹੁਣ ਕੀ ਮਸਲਾ ਕੁੜੀ ਕਿਵੇਂ ਵਾਪਸ ਆਊਗੀ ਇਹਨਾਂ ਦੀ ਮੁੱਕਦੀ ਗੱਲ ਛਡਾ ਦਿੰਦਾ ਹੋਰ ਕੀ ਹੱਲ ਕੀ ਹੋ ਰਿਹਾ
ਉਹਨੂੰ ਹੈਂਡ ਪੀ ਪਾਸਪੋਰਟ ਹੈਂਡ ਓਵਰ ਕਰ ਦਿਓ ਬੱਚੀ ਨੂੰ ਸਾਡੀ ਇੱਥੋਂ ਤੱਕ ਦੀ ਤੁਹਾਡੇ ਨਾਲ ਗੱਲ ਆ ਉਹ ਕਹਿੰਦੇ ਕੋਈ ਗੱਲ ਨਹੀਂ ਪਾਸਪੋਰਟ ਕੁੜੀ ਦਾ ਦਵਾ ਦਿਓ ਟਿਕਟ ਸੀ ਆਪਣੀ ਹਾਂ ਤੇ ਕੁੜੀ ਨੂੰ ਹਾਂ ਕੁੜੀ ਟਿਕਟ ਕਰਾਣਾ ਤੇ ਕੁੜੀ ਨੂੰ 에어ਪੋਰਟ ਤੱਕ ਚੜਾ ਕੇ ਆਓ ਕਿਉਂਕਿ ਤੁਸੀਂ ਲੈ ਕੇ ਗਏ ਜੇ 에어ਪੋਰਟ ਤੱਕ ਦੀ ਜ਼ਿੰਮੇਵਾਰੀ ਤੁਹਾਡੀ ਆ ਅੱਗੇ ਜ਼ਿੰਮੇਵਾਰੀ ਸਾਡੀ ਮੈਨੂੰ ਧੱਕਾ ਕਰਵਾਈ ਇਹ ਥੋੜੀ ਕਿਹਾ ਕਿ ਮੇਰੀ ਉੱਥੇ ਜਾ ਕੇ ਹੁਣ ਮੈਂ ਭੈਣਾਂ ਵੀ ਮੇਰੀਆਂ ਵੀਡੀਓ ਵੇਖਦੀ ਆ ਮੈਂ ਉਹ ਵਰਡ ਬੋਲਣੇ ਚੰਗੇ ਨਹੀਂ ਲੱਗਦੇ ਮੈਨੂੰ ਲੋਕੀ ਕਹਿੰਦੇ ਕਿ ਵਰਡ ਨਾ ਯੂਜ਼ ਕਰਿਆ ਕਰ ਨਹੀਂ ਨਹੀਂ ਇੱਕ ਮਿੰਟ ਇਹੋ ਜਿਹਾ ਉਹਨੂੰ ਕਿਸੇ ਨੇ ਨਾ ਉੱਚੀ ਆਵਾਜ਼ ਚ ਗੱਲ ਨਹੀਂ ਕੀਤੀ ਤੂੰ ਮਰਜ਼ੀ ਮੰਨ ਲਾ ਸਾਡੀ ਭੈਣ ਮੇਰੀ ਭੈਣ ਬਣ ਕੇ ਤੂੰ ਵਾਪਸ ਕਰ ਦੇ ਤੇਰੇ ਅੱਗੇ ਹੱਥ ਜੋੜਦਾ ਮੈਂ ਠੀਕ ਆ ਹੱਥ ਨਾ ਜੋੜ ਪਰ ਇਹ ਵੇਖ ਤੇ ਤੇ ਹੋਣੀਆਂ ਪੈਸੇ ਮੈਂ ਕਿੱਥੋਂ ਭਰਾਂ ਮੈਨੂੰ ਨਹੀਂ ਪਤਾ ਜੇ ਭੈਣ ਜੇ ਤੁਸੀਂ ਗਲਤ ਰਸਤੇ ਨਾਲ ਘੱਲਿਆ ਗਲਤ ਤਰੀਕੇ ਨਾਲ ਘੱਲਿਆ ਤੇ ਲੇਸ ਤੁਹਾਨੂੰ ਚੱਲਣੀ ਪੈਣੀ ਅਸੀਂ ਨਹੀਂ ਚੱਲਣੀ ਏਦਾਂ ਭੈਣੇ ਮੈਨੂੰ ਰੋਜ਼ ਭੈਣਾਂ ਦੇ ਪੰਜਾਂ ਭੈਣਾਂ ਦੇ ਰੋਜ਼ ਮੈਨੂੰ ਫੋਨ ਆਉਂਦੇ ਘਰ ਦੁਆਰ ਪੰਜਾਂ ਛਿਆ ਭੈਣਾਂ ਦੇ ਹੁਣ ਮੈਂ ਰੋਜ਼ ਲੱਖ ਰੁਪਇਆ ਕਿਹਦੀ ਮੈਂ ਕਰਾ ਕੇ ਦੂੰਗਾ ਇੰਨਾ ਸ਼ੁਕਰ ਆ ਕਿ ਮੈਂ ਕਹਿੰਦਾ ਮੈਂ ਅਸੀਂ ਟਿਕਟ ਕਰਾ ਦਾਂਗੇ ਹੁਣ ਹਰ ਭੈਣ ਦਾ ਲੱਖ ਰੁਪਇਆ ਰੋਜ਼ ਦਾ ਮੈਂ 5 ਲੱਖ ਰੁਪਇਆ ਕਿੱਥੋਂ ਲਿਆ ਕੇ ਦਊਂਗਾ ਇਹ ਦੱਸ ਤੂੰ ਭੈਣੇ ਜੋ ਮਰਜ਼ੀ ਸੈਂਡ ਕਰ ਮੇਰੀ ਮੈਨੂੰ ਮੇਰੀ ਗੱਲ ਸੁਣ ਮੈਂ ਤੇਰੇ ਘਰੇ ਬੈਠਾ ਵਾਂ ਮੈਂ ਠੀਕ ਆ ਜੀ ਮੈਂ ਪੁਲਿਸ ਵੀ ਲੈ ਕੇ ਆਉਣੀ ਹੈ ਮੈਂ ਸਭ ਕੁਛ ਕਰਨਾ ਵਾਂ ਮੇਰੀ ਭੈਣ ਅਸੀਂ 1,10,000 ਰੁਪਇਆ ਤੇਰੇ ਕੋਲੋਂ ਦਵਾਉਣਾ ਵਾਂ ਸਾਡੀ ਭੈਣ ਰੋਣ ਡਈ ਆ ਜਿੰਨੀ ਤੂੰ ਲੇਟ ਕਰੇਗੀ ਓਨੀ ਭੈਣੇ ਤੂੰ ਡਿਸਟਰਬ ਹੋਏਗੀ ਕਰਨਾ ਤੈਨੂੰ ਖੀਰ ਤੇ ਤੈਨੂੰ ਹੀ ਕਰਨਾ ਪੈਣਾ ਜੀ ਭੈਣੇ ਜੇ ਚੰਗੀ ਮਿੰਤਾ ਕਰਾ ਕੇ ਕਰ ਲੇਗੀ ਭੈਣ ਭਰਾ ਇੱਕ ਦੂਜੇ ਨੂੰ ਮੂੰਹ ਤੋਂ ਆਪਾਂ ਜੇ ਇੱਕ ਦੂਜੇ ਨੂੰ ਭੈਣ ਭਰਾ ਕਹਿ ਕੇ ਕਰ ਦੇਗੀ ਤੇ ਵਧੀਆ ਗੱਲ ਆ ਜੇਕਰ ਮੇਰੀ ਭੈਣ ਫਿਰ ਸਾਨੂੰ ਪੁਲਿਸ ਨੂੰ ਲੈ ਕੇ ਆਉਣਾ ਪਿਆ ਪਰਚਾ ਕਰਾਉਣਾ ਪਿਆ ਫਿਰ ਵੀ ਭੈਣ ਤੇਰੇ ਪੈਸੇ ਉਧਰ ਲੱਗਣੇ ਠੀਕ ਆ ਜੀ ਤੇ ਫਿਰ ਵੀ ਤੈਨੂੰ ਕਰਾ ਕੇ ਦੇਣਾ ਪੈਣਾ ਵਾ ਠੀਕ ਆ ਜੀ ਹੁਣ ਪਿਛਲੇ ਥਾਂ ਪਿਛਲੇ ਬੰਨੇ ਦਾ ਉਹਨਾਂ ਨੇ ਕਿਹਾ ਕਿ ਵੀ ਜੀ ਹਾਂ ਠੀਕ ਆ ਜਵਾਬ ਭੈਣੇ ਮੈਨੂੰ ਬਸ ਇੱਕੋ ਚਾਹੀਦਾ ਕਿ ਮੇਰੀ ਭੈਣ ਇੰਡੀਆ ਪਹੁੰਚਣੀ ਚਾਹੀਦੀ ਬਸ ਇਹੋ ਜਵਾਬ ਆ ਮੇਰੀ ਭੈਣ ਤੂੰ ਮੇਰੀਆਂ ਭੈਣਾਂ ਵਰਗੀ ਆ ਮੈਂ ਤੇਰੇ ਤਰਲੇ ਕੱਢਣ ਡਿਆ ਸਾਡੀ ਬੱਚੀ ਇੰਡੀਆ ਘਲਾ ਦੇ ਭੈਣੇ ਤੈਨੂੰ ਮੇਰੀ ਗੱਲ ਸੁਣ ਤੇਰੀ ਧੀ ਜਵਾਨ ਵਾ ਜੇ ਤੇਰੀ ਧੀ ਨੂੰ ਤੇਰੀ ਧੀ ਮੇਰੀਆਂ ਧੀਆਂ ਵਰਗੀ ਆ ਜੇ ਆਪਣੀ ਧੀ ਨੂੰ ਕੋਈ ਤੰਗ ਕਰੂਗਾ ਤਾਂ ਕੀ ਆਪਾਂ ਘਰੇ ਬਵਾਂਗੇ ਇਹ ਦੱਸ ਮੇਰੀ ਇਹ ਭੈਣੇ ਆਪਣੀ ਧੀ ਨੂੰ ਕੋਈ 4 ਦਿਨ ਕਮਰੇ ਚ ਕੀ ਵੀ 4 ਘੰਟੇ ਕੋਈ ਕਮਰੇ ਚ ਰੱਖੇ ਤੇ ਆਪਾਂ ਘਰੇ ਬੈਠੇ ਰਵਾਂਗੇ 4 ਦਿਨ ਤੈਨੂੰ ਪਤਾ ਨਾ ਵੀ ਉਹਨੂੰ ਫੋਨ ਤੱਕ ਨੀ ਮਿਲਿਆ ਘਰੇ ਗੱਲ ਤੱਕ ਨੀ ਹੋਈ ਉਹਦੀ ਕਿਉਂ ਨੀ ਕਰੇ ਜੇ ਤੂੰ ਵਧੀਆ ਮੇਰੀ ਗੱਲ ਸੁਣ ਜੇ ਤੂੰ ਵਧੀਆ ਕੰਮ ਚ ਉਹਨੂੰ ਭੈਣੇ ਵਾਈਫਾਈ 4 ਦਿਨ ਬੰਦ ਰਿਹਾ ਇਹ ਇੰਡੀਆ ਤਾਂ ਹੈਗਾ ਨੀ ਵੀ ਜਿੱਥੇ ਬੱਤੀ ਨੀ ਆਈ ਤੇ 4 ਦਿਨ ਵਾਈਫਾਈ ਬੰਦ ਰਿਹਾ ਇੱਥੇ 1 ਮਿੰਟ ਵਾਈਫਾਈ ਨੀ ਬੰਦ ਹੁੰਦਾ ਵਾਈਫਾਈ ਜਦੋਂ ਤੁਹਾਡੀ ਮਰਜ਼ੀ ਆ ਤੁਸੀਂ ਆਨ ਕਰ ਦੇ ਜੇ ਭੈਣੇ ਮੇਰੀ ਤੇਰੇ ਕੋਲੋਂ ਬੜੀਆਂ ਕੁੜੀਆਂ ਹੋਰ ਨਿਕਲਾਉਣੀਆਂ ਜੀ ਜੇ ਤੇ ਕੁੜੀ ਘੱਲ ਦੇਂਗੀ ਤੇ ਚੰਗੀ ਰਹਿਗੀ ਨਹੀਂ ਤੇ ਹੋਰ ਕੁੜੀਆਂ ਉਹਨਾਂ ਵੀ ਮੇਰੇ ਨਾਲ ਕੰਟੈਕਟ ਕਰਕੇ ਤੇਰੇ ਗੱਲ 'ਚ ਫਿਰ ਉਹਨਾਂ ਨੇ ਗੁੱਠਾ ਦੇਣਾ ਤੇਰੇ ਕੋਲ ਹੋਰ ਬੜੀਆਂ ਕੁੜੀਆਂ ਨਿਕਲਣੀਆਂ ਜੀ ਇਹ ਮੇਰੀ ਸੋਚ ਲਾ ਮੇਰੀ ਗੱਲ ਤੇ ਚੰਗੀ ਰਹਿਗੀ ਇਹਨੂੰ ਕਢਾ ਦੇ ਭਾਵੇਂ ਵੇਚੀਆਂ ਭਾਵੇਂ ਜਿਹੜੀਆਂ ਤੰਗ ਹੋਈਆਂ ਵਾ ਨਾ ਵੇਚਣ ਤੋਂ ਤੰਗ ਕੀ ਆ ਘੱਟ ਗਿਆ ਜਿਹਨੂੰ ਕਹਿ ਰਹੀ ਆ ਭੈਣ ਮੇਰੀ ਆਪਾਂ ਕਿਸੇ ਨੂੰ ਜ਼ਬਰਦਸਤੀ ਆਪਣੇ ਘਰ 1 ਦਿਨ ਨਹੀਂ ਰੱਖ ਸਕਦੇ ਜੇ ਤੇ ਤੂੰ ਮੜਾ ਦੇਗੀ ਦੱਸ ਦੇ ਮੈਨੂੰ ਹਾਂ ਮੈਂ ਫਿਰ ਅਸੀਂ ਆਪਣਾ ਹੱਲ ਕਰੀਏ ਜੇ ਤੇ ਤੂੰ ਮੜਾ ਸਕਦੀ ਆ 1,00,000 ਰੁਪਇਆ ਕਲਾ ਸਕਦੀ ਆ ਤੇ ਦੱਸ ਦੇ ਨਹੀਂ ਤੇ ਫਿਰ ਅਸੀਂ ਕਰੀਏ ਕੁਝ ਚਾਰਾ ਕਰੀਏ ਜੇ ਨਹੀਂ ਤੇ ਅਸੀਂ ਕੁਝ ਚਾਰਾ ਕਰੀਏ ਤੇ ਫਿਰ ਅਸੀਂ ਆਪੇ ਮੰਗਾ ਲਾਂਗੇ ਤੂੰ ਭੈਣੇ ਕਦੀ ਇੰਡੀਆ ਨੀ ਆ ਸਕੇਗੀ ਕਦੀ ਬੱਚਿਆਂ ਨੂੰ ਨੀ ਮਿਲ ਸਕੇਗੀ ਇਹ ਮੈਂ ਵਾਅਦਾ ਨਾ ਕਹਿਣਾ ਤੈਨੂੰ ਸਾਰੀ ਉਮਰ ਬੱਚਿਆਂ ਨੂੰ ਨੀ ਮਿਲ ਸਕੇਗੀ ਪੈਸੇ 15,000 ਉਹਨੇ ਕਢਾ ਕੇ ਲਿਆਂਦਾ 15,000 ਰੁਪਏ ਕਿਹਨੇ ਕਢਾ ਕੇ ਲਿਆਂਦਾ ਉਹ ਕਹਿੰਦਾ ਮੇਰਾ 1,10,000 ਰੁਪਇਆ ਲੱਗਾ ਵਾਪਸ ਦੇ ਦੇਣਾ ਤੇ ਮੈਂ ਕਰ ਦੇ ਉਹ ਕਹਿੰਦੇ ਸੀ ਤਾਂ ਦੇਣੇ ਨਹੀਂ ਦੇਣੇ
ਇੱਕ ਸਾਡੀ ਟਿਕਟ ਕਰਵਾ ਸਕਦੇ ਸਿਰ ਪਾਉਣ ਦੀ ਇੱਕ ਪੈਸੇ ਦੀ ਭੈਣ ਦੇ ਰੋਣ ਦੀ ਏਜੰਟ ਦਾ ਪੂਰਾ ਮਹਿਲਾ ਲਕਾਰ ਦੇ ਏਜੰਟ ਦਾ ਪੂਰਾ ਐਡਰੈਸ ਕਿਹੜੇ ਸਾਹਮਣੇ ਇੱਕ ਲੱਖ ਆਇਆ ਕਰਵਾ ਦੇ ਹੋਇਆ ਪੇਪਰ ਵਰਕ ਹੀ ਹੋਇਆ ਨਾ ਮੇਰਾ ਹੁਣ ਇੱਕ ਦਾ ਹੈ ਆਹੋ ਅਜੇ ਕਰਾਓ ਮੁੜ ਕੇ ਕਰੋ 40000 ਰੱਖ ਦੋ ਤੇ 31 ਤੇ 16 16 ਤੇ ਕੀ ਆਂਦੀ ਆ ਕੋਲ ਮੈਂ ਕਲੋਜ਼ ਕਿਵੇਂ जिन्हें फसाया साडी बच्ची नूं मैं नहीं एजेंट मैं किसी नाल नहीं गल करनी मैं किसी नाल नहीं गल करनी एजेंट साडा की लगता एजेंट मैनूं गालां कड्डे मैं उन्हूं गालां कड्डा मूंह खराब करिए असीं इक दूजे नाल फिर मैं मंगा लूंगा एक बार जवाब दे एक बार जवाब दे ਅਸੀਂ ਭੈਣ ਤਰਨ ਤਾਰਨ ਤੋਂ ਵੈਸੇ ਨਹੀਂ ਆ ਗਏ ਜੇ ਸਾਡੇ ਚ ਕੋਈ ਲੱਤਾਂ ਭਾਰ ਚਾ ਹੱਡ ਹੋ ਗਈ ਯਾਰ ਇਹਦੇ ਵਾਲੀ ਤੇਰੇ ਮਗਾ ਲੋ ਗੱਲ ਗਿਆ ਇੱਕ ਯਾਰ ਗਲਤ ਆ ਰਹੇ ਤੁਸੀਂ ਉਹ ਤੋਂ ਤੁਸੀਂ ਧਮਕੀਆਂ ਦੇ ਮੈਂ ਵੀਰ ਵੀਰ ਭੈਣ ਭੈਣ ਕਹਿਣ ਦਿਆਂ ਸਾਰਿਆਂ ਨੂੰ ਅਬੇ ਵੀਡੀਓ ਬਣ ਗਈ ਇਹ ਚ ਸਾਰਾ ਸੁਣ ਲਿਆ ਹੁਣ ਵੀਰ ਜੀ ਤੁਸੀਂ ਕਹਿੰਦੇ ਆ ਕਿ ਮਾਤੜ ਤੇ ਚੜਾਈ ਨਾ ਕਰੋ ਹੁਣ ਮਾਤੜ ਇਦਾਂ ਬੋਲਦਾ ਤੇ ਇਹਦਾ ਮੈਨੂੰ ਜਵਾਬ ਦਿਓ ਵੀ ਹੁਣ ਕੀ ਕਵਾਂ ਇਹਨਾਂ ਨੂੰ ਮੈਂ ਬਣਾ ਲੋਗੇ ਕੀ ਕਰੇ ਯਾਰ ਬੰਦਾ ਗੱਲ ਚੱਲ मंजे डाइए दरिया ला गया कारवाई करनी कुड़ी वापस आज टॉर्चर करे कोई गुस्सा बना भी लागे माड़ा बोले नीडियो बन डे सुन लो माड़ा नहीं बोले दो मिनट अच्छा जो मर्जी चलो करो गल करो गल कोई नी टाइम लगा समा लो तू कोई गल ਸਾਰਾ ਵੀਰ ਪਰਿਵਾਰ ਤੋਂ ਨੇ ਗੱਲਾਂ ਤਾਂ ਭੈਣ ਕਰਨੀਆਂ ਪੈਣੀਆਂ ਸਾਨੂੰ ਦੱਸੋ ਗੱਲ ਕਰਕੇ ਫਿਰ ਕਿੰਨੇ ਟਾਈਮ ਤੱਕ ਤੁਸੀਂ ਜੇ ਵੀਰ ਸ਼ਾਮਾ ਤੱਕ ਤੇ ਫਿਰ ਸਾਨੂੰ ਐਵੇਂ ਕਹਿੰਦੇ ਸਸਤਾ ਫਿਰ ਅਸੀਂ ਐਵੇਂ ਥੋੜਾ ਤੁਰੇ ਫਿਰਦੇ ਆ ਭੈਣ ਆ ਜੂਗੀ ਇਹ ਨਹੀਂ ਵੀ ਭੈਣ ਫੇਰ ਨਾ ਆਊ ਸਾਡੇ ਨਾਲ ਲੱਖਾਂ ਰੁਪਇਆ ਲੈ ਕੇ ਕੁੜੀ ਨੂੰ ਦੇਤਾ ਚੱਲ ਤੂੰ ਆ ਗੱਲ ਕਰ ਚੱਲ ਜੇ ਤੁਸੀਂ ਮਸਲਾ ਹੱਲ ਕਰਦੇ ਆ ਠੀਕ ਆ ਵੀਰ ਕੋਈ ਨਹੀਂ ਕਰਵਾਓ ਤੂੰ ਕੁਛ ਨਾ ਕੋਈ ਕਿੱਦਾਂ ਕਰਦੇ ਆ ਪਾਸਪੋਰਟ ਦਵਾਓ ਉਹਦਾ ਫੜ ਆ ਇਧਰ ਆ ਗੱਲ ਕਰਕੇ ਨਾ ਤੂੰ ਦੱਸੀ ਮੈਨੂੰ ਲੈ ਉਹ ਤਾਂ ਭੈਣ ਬਾਅਦ ਚ ਪਤਾ ਲੱਗਦਾ ਹੁੰਦਾ ਡਿੱਗਦਾ ਕਿ ਨਹੀਂ ਡਿੱਗਦਾ ਭੈਣੇ ਇਹ ਨਾ ਸੋਚੀ ਵੀ ਦੁਬਈ ਚ ਲਿੰਕ ਨਹੀਂ ਹੈਗੇ ਦੁਬਈ ਚ ਵੀ ਤੈਨੂੰ ਇੱਥੇ ਸਭ ਕੁਝ ਕਰਵਾ ਸਕਦੇ ਆ ਤੇ ਇੱਥੇ ਵੀ ਪਰਚਾ ਕਰਾ ਸਕਦੇ ਆ ਇਹ ਨਾ ਸੋਚੀ ਪਹਿਲਾਂ ਨਾ ਮੇਰੇ ਨੇ ਪਰਚਾ ਹੀ ਕਟਾ ਦਿੱਤਾ ਚਲ ਠੀਕ ਆ ਮੁੱਕ ਦੀ ਗੱਲ ਮੈਂ ਹੋਰੀ ਬੋਲੀ ਜਾਂਦਾ ਤੂੰ ਭੈਣ ਫੋਨ ਕੱਟ ਤੇ ਤੂੰ ਮਸਲਾ ਹੱਲ ਕਰਾ ਜਿਹੜਾ ਹੈਗਾ ਚਲ ਕਰ ਕਰ ਮੇਰੇ ਕਰ ਤੂੰ ਕਹਿਣਾ ਗੱਲ ਕਰ ਇੱਕ ਵਾਰੀ ਬਸ ਕਰ ਲੈ मसला हल कराओ बस दसो
ਤੁਹਾਨੂੰ ਪਤਾ ਵੀਰ ਜੀ ਵੀ ਇਹ ਕੰਮ ਇੱਦਾਂ ਕਰਦੀ ਹੈ ਜਾਂ ਜਿੱਦਾਂ ਮਰਜ਼ੀ ਹੈ ਨਹੀਂ ਤੁਹਾਡੀ ਕੁੜੀ ਪੈਸੇ ਲੈ ਕੇ ਆਉਂਦੀ ਆ ਤੇ ਕੀ ਕਹਿੰਦੀ ਉਹ ਵੀ ਮੈਂ ਤੁਹਾਨੂੰ ਗਲਤ ਨਹੀਂ ਕਹਿਣ ਡਿਆ ਆਪ ਨੀ ਬੱਚੀ ਆ ਵੀਰ ਜੀ ਕਿੱਥੇ ਵੀਰ ਆਪ ਨੀ ਭੈਣਾ ਵੀਰ ਨੂੰ ਵੀਰ ਤੋਂ ਸਵਾਈ ਨੀ ਬੋਲੇ ਠੀਕ ਹੈ ਜੀ ਹਾਂਜੀ ਇਹਦੀ ਗਲਤੀ ਆ ਉਹਦੀ ਗਲਤੀ ਆਪਾਂ ਕੱਢਦੇ ਹਾਂ ਵੀ ਉਹਨੇ ਗਲਤੀ ਕੀਤੀ ਆ ਜਾਂ ਜਿੱਦਾਂ ਮਰਜ਼ੀ ਆ ਸਾਡੀ ਭੈਣ ਨੂੰ ਇੰਡੀਆ ਤੋਂ ਮਸਕਟ ਫਸਾਈ ਆ ਪਰ ਇਸ ਵੀਰ ਦਾ ਕਮੈਂਟਾਂ 'ਚ ਕੋਈ ਮਾੜਾ ਚੰਗਾ ਨਾ ਇਸ ਵੀਰ ਨੂੰ ਬੋਲਿਓ ਬੇਨਤੀ ਆ ਜੇ ਬੋਲਣਾ ਤਾਂ ਮੈਨੂੰ ਬੋਲਿਓ ਮੇਰੇ ਭਰਾ ਠੀਕ ਹੈ ਜੀ ਆਹ ਗੁਰਾ ਠੰਡ ਲੱਗਲਾ ਵੀ ਜੈਕਟ ਫਿਰ ਲਾ ਤਾਂ ਮੰਗਾਉਣੀ ਪੈਣੀ ਜਾਦੇ ਜਾਣੇ ਨਾ ਵੇ ਨਾ ਮੰਜਾ ਭਰ ਕੇ ਜਾਣਾ ਪਵੇ ਇਹਨਾਂ ਦਾ 1,10,000 ਦੇ ਨਾਲ ਉਹਨੂੰ ਮੰਜਾ ਵੀ ਦੇਣਾ ਪਵੇ ਗੱਲ ਤੇ ਵੀਰ ਉਹੀ ਆ ਤੁਸੀਂ ਸਹੀ ਗੱਲ ਕਹੀ ਆ ਤੇ ਆਪਣੀ ਧੀਆਂ ਬਾਹਰ ਹੋਣ ਮੁੰਡੇ ਬਾਹਰ ਹੋਣ ਆਪਣਾ ਮੁੰਡਾ ਕੋਈ ਬਾਹਰ ਫਸਿਆ ਹੋਵੇ ਤਾਂ ਆਪਾਂ ਨੂੰ ਇੰਨਾ ਦੁੱਖ ਲੱਗਦਾ ਤੇ ਇਹ ਤੇ ਫਿਰ ਧੀ ਆ ਇੱਜ਼ਤ ਵੀਰ ਇੱਜ਼ਤ ਨਾਲ ਲੱਖੀ ਨਾ ਹਜ਼ਾਰੀ ਹੁਣ ਮੰਨ ਲਓ 1,00,000 ਦੇ ਕੇ 1,00,000 ਦਾ ਵੰਡੇ ਆਪਾਂ 1,00,000 ਭਰ ਸਕਦੇ ਹਾਂ ਪੈਸੇ ਦੀ ਵੈਲਿਊ ਹੈਗੀ ਆ ਕੋਈ ਇੱਜ਼ਤਾਂ ਦੀ ਵੈਲਿਊ ਨਹੀਂ ਹੈਗੀ ਇਹ ਕਹਿੰਦੀ ਆ ਨਾ ਕਿ ਬਾਹਰ ਕੁਝ ਨਹੀਂ ਹੁੰਦਾ ਵੀਰੇ ਬਾਹਰ ਮੇਰੀ ਮੈਨੂੰ ਭੈਣ ਨੇ ਪਰਸੋਂ ਇੱਕ ਨੇ ਫੋਨ ਲਾਇਆ ਕਹਿੰਦੀ ਵੀਰ ਜੀ ਮੇਰਾ ਬਾਹਾਂ ਮਰੋੜੀਆਂ ਮੇਰੀਆਂ ਕਹਿੰਦੀ ਵੀਰ ਇੰਨਾ ਮੇਰੇ ਨਾਲ ਹਲਾਲ ਹੋਇਆ ਮੈਨੂੰ ਇੰਨਾ ਕੀਤਾ ਵਾ ਤੇ ਮੈਂ ਕਹਿੰਦੀ ਮੈਂ ਸ਼ਰਮ ਨਾਲ ਉਦੋਂ ਹੀ ਡੁੱਬ ਗਈ ਜਦੋਂ ਉਹਨੇ ਮੇਰੀ ਬਾਂਹ ਫੜ ਲਈ ਇਹੋ ਕੁਝ ਹੁੰਦਾ ਜਿਹੜੀ ਇੱਜ਼ਤ ਵਾਲੀ ਭੈਣ ਹੁੰਦੀ ਨਾ ਉਹਨੂੰ ਇਹ ਨਹੀਂ ਹੁੰਦਾ ਕਿ ਮੇਰੇ ਨਾਲ ਕੋਈ ਗਲਤ ਕਰੇ ਉਹ ਇੱਜ਼ਤ ਵਾਲੀ ਭੈਣ ਨੂੰ ਕੋਈ ਉਹੀ ਵੀ ਕਹਿ ਜੇ ਨਾ ਉਹੀ ਵੀ ਕਹਿ ਜੇ ਉਹਦੇ ਵਾਸਤੇ ਉਹੀ ਮਿੱਟੀ ਹੋ ਜਾਂਦਾ ਉਂਗਲ ਵੀ ਕਰ ਜੇ ਕੋਈ ਤਾਂ ਫਿਰ ਮਿੱਟੀ ਹੋ ਜਾਂਦੀ ਨਹੀਂ ਇਹਦੀ ਧੰਨਵਾਦ ਵੀ ਦਾ ਪਾਸੇ ਆਸੇ ਹੋਇਆ ਆਇਆ ਵਾ ਗੱਲ ਸੁਣੀ ਆਪਣੀ ਦੁਕਾਨ ਵਾਲੇ ਇਹਦਾ ਵੀ ਬੜਾ ਧੰਨਵਾਦ ਆ ਵੀਰ ਦਾ ਹਾਂ ਠੀਕ ਹੈ ਨਾ ਉਹ ਤੇ ਵਿਚਾਰੇ ਨੂੰ ਮਤਲਬ ਜਿਵੇਂ ਉਹਨੂੰ ਅਕਾਊਂਟ ਦੇਤਾ ਤੇ ਪੈਸੇ ਪਵਾਲੇ ਉਹਨਾਂ ਦਾ ਜਿੱਥੋਂ ਤੱਕ ਸੀਮਤ ਸੀਗਾ ਹਨਾ ਪਰ ਵੀਰੋ ਬੇਨਤੀ ਹੈ ਕਿ ਜਿੱਥੋਂ ਤੁਸੀਂ ਪੈਸੇ ਪਵਾਉਂਦੇ ਹੈ ਨਾ ਅੱਜ ਕੱਲ੍ਹ ਜੇ ਕਿਸੇ ਤੋਂ ਮੋਬਾਈਲ ਖਰੀਦਣਾ ਵਾ ਜੇਕਰ ਕੋਈ ਕਹਿੰਦਾ ਨਾ ਯਾਰ ਆਪਣੇ ਆਪਣਾ ਫੋਨ ਹੀ ਦੇ ਦੇ ਕਾਲ ਕਰਨੀ ਹੈ ਕੀਤਾ ਉਹਨੇ ਕਿਹਨੂੰ ਕਾਲ ਕਰਨੀ ਹੈ ਕਿਸੇ ਗੈਂਗਸਟਰ ਨੂੰ ਕਰਨੀ ਹੈ ਕਿਹਨੂੰ ਕਰਨੀ ਹੈ ਅੱਜ ਕੱਲ੍ਹ ਬੜਾ ਆਵਾ ਉੱਤਿਆ ਪਿਆ ਵਾ ਹੁਣ ਮੰਨ ਲਾ ਇਹ ਸਾਨੂੰ ਨਾ ਮਿਲਦੇ ਤੇ ਅਸੀਂ ਉਹ ਉਹਨੂੰ ਹੀ ਕਹਿਣਾ ਸੀ ਵੀਰ ਤੁਸੀਂ ਮੰਗਾਏ ਆ ਸਤਿ ਸ਼੍ਰੀ ਅਕਾਲ ਭਾਅ ਜੀ ਤੂੰ ਕੀਤਾ ਆਪਣਾ ਕੋਈ ਬੁਲਾਈ ਕਿ ਨਹੀਂ ਜੀ ਦੂਸਰੀ ਜ਼ਰੂਰੀ ਸੀ ਤੁਹਾਨੂੰ ਕਿਹਾ ਜਗਰਾਜ ਸਿੰਘ ਵਾਲੀ ਜ਼ਰੂਰੀ ਆ ਪਹਿਲਾਂ ਉਹਦਾ ਕਰੋ ਮਸਲਾ ਵਾਲੀ ਛੇਤੀ ਬਸ ਜਗਰਾਜ ਵਾਲਾ ਉਹ ਪਹਿਲਾਂ ਜ਼ਰੂਰੀ ਆ ਦੇਖੋ ਅਗਲੇ ਦਾ ਚੱਲ ਬਿਜ਼ਨਸ ਆ ਹਨਾ ਬਿਜ਼ਨਸ ਅਗਲੇ ਦਾ ਪਰ ਬਾਬੇ ਕੀ ਪਤਾ ਵੀ ਕਿਹੜਾ ਬੰਦਾ ਕਿਵੇਂ ਦਾ ਕਿਸੇ ਦੇ ਦਿਲ 'ਚ ਵੜ ਕੇ ਥੋੜ੍ਹੀ ਵੇਖਿਆ ਹਾਂ
अकाउंट च पैसे पाए, अकाउंट की डिटेल कढ़ाई असी, तो रखेल की दुकान आई और खे ए ना आया वीर का पूरा सलीन ना, ये फोटो आई उपर, वो फिर डिटेल कढ़ा के फिर ये गल की, इन्हें मतलब सा गल फोन पर बहुत ही ज्यादा गल नहीं हुई सा, असं इनकुआरी करके पिंड का पता करके नैट तो कट गए पिंड ना अपने फोटो साढ़े को जाद मिले असं वीर इन्ने जाने खलोते ही उन्होंने नहीं मिले किसी ना सू इत कोई जानता ना बुझदा नहीं ਇਹਦਾ ਰੀਨਿਊ ਕਰਨਾ ਨਾ ਇਹਦੀ ਵੀ ਫੋਟੋ ਤੁਹਾਨੂੰ ਸੈਂਡ ਕੀਤੀ ਆ ਲਾਇਸੈਂਸ ਦੀ ਇਹਦੀ ਵੀ ਬਸ ਹਾਂ ਤਿੰਨ ਚੀਜ਼ਾਂ ਆਈਆਂ ਹੋਰ ਲਾਇਸੈਂਸ ਨਹੀਂ ਆਇਆ ਲਾਇਸੈਂਸ ਆਇਆ ਹੋਣਾ ਤਾਂ ਚਲ ਗਿਆ ਹੋਣਾ ਮੈਂ ਦੁਬਾਰਾ ਸੈਂਡ ਕਰ ਦਿੰਦਾ ਕੋਈ ਨਹੀਂ ਹੁਣੇ ਦੇਖੋ ਮੜਾ ਇਹਦਾ ਕੀਤਾ ਸੀ ਮੈਂ ਹਾਂ ਤਾਂ ਫਿਰ ਉਹਨਾਂ ਦੇ ਫਿਰ ਸਦਰਾ ਹੀ ਸਦਰਾ ਉਹ ਤਾਂ ਵਿਚਾਰਾ ਨਜਾਇਜ਼ ਹੀ ਵਿੱਚ ਆਉਂਦਾ ਖੱਜਲ ਖਰਾਬੀ ਤਾਂ ਬਾਬੇ ਹੋਣੀ ਹੋਣੀ ਫਿਰ ਸਾਰਿਆਂ ਨੂੰ मतलब जी थोड़ी कर दिया ਇਨਕੁਆਰੀ ਤੇ ਜੇ ਵੀਡੀਓ ਪਈ ਤਾਂ ਹੋਣੀ ਹੈ ਇਹਨਾਂ ਦੀ ਪੂਰੀ ਫਿਰ ਵੀ ਮੈਂ ਜਿੰਨੀ ਕੁ ਜੋਗਾ ਲੱਗੇ ਉਹਦੇ ਕੰਮ ਹੀ ਇਹੋ ਬਸ ਉਹਨੇ 100 ਦਿਨ ਚੋਰ ਦਾ ਤੇ ਇੱਕ ਦਿਨ ਸਾਧ ਆਉਣਾ ਹੀ ਹੋਣਾ ਹਾਂ ਜੇ ਮੈਂ ਗਲਤ ਕਰੂੰਗਾ ਤੇ ਇੱਕ ਦਿਨ ਮੇਰਾ ਵੀ ਕੰਮ ਤਮਾਮ ਹੋਣਾ ਵੀਡੀਓ ਕਾਲ ਲਾਈਏ ਸਾਹਮਣੇ ਕਰਨ ਪਤਾ ਮੈਂ ਆਉਣ ਦਿਆਂ ਕਿ ਬੰਨੇ ਲੜਾ ਮੈਂ ਡਟ ਕੇ ਬਹੁਤ ਤੁਹਾਡੇ ਲੱਗੇ ਲਓ ਜੀ ਕਿਸੇ ਦਾ ਖਤਰਾ ਨਹੀਂ ਹੁੰਦਾ ਆਪਾਂ ਕੰਮ ਹੀ ਆਂਦਾ ਇਹਨਾਂ ਦਾ ਆਪਾਂ ਗਲਤ ਕੀ ਕਰ ਰਹੇ ਹਾਂ ਇਹਨਾਂ ਦੇ ਬਹੁਤ ਖਾਸੇ ਕਰ ਉਹਦੇ ਉਹਦੇ ਫਿਰ ਕਹਤਾ ਕੀ ਕਾਕੇ ਉਹਦੇ ਸ਼ਾਬਾਸ਼ भुख लगी बेचारे सवेर दी मैं जो समोसे लिया कुछ भी खाने जाऊंगा ना कोई गल नहीं कर दूंगा फिर ला लाँगा हिसाब किताब कोई गल नहीं तो फिर दिन का डेट आपको फिर मैं दस दाँ जन होटल लोन जाए एक मिनट ला स्पीकर ला लो पता चुकी जी मेरे भी बोल लेना कुछ है ना हेलो हेलो हाँ जी हेलो हाँ जी हाँ जी सिस्टर जी बोलो और कोई सब्जी बनाई थी दादी वो दी है गल करिए हेलो हाँ बहन मेरी बोल आज आ गई है छुट्टी ठीक है फ्राइडे की छुट्टी होती है इतनी अच्छा जी ठीक है हाँ जी कल की भी छुट्टी है ओके जी आगे आ गया एतवार हाँ जी एक मिनट की कहंदे हेलो आज आ गई छुट्टी है इतनी फ्राइडे की ओके जी कल दी भी छुट्टी है शनिवार आगे आ गया एतवार सोमवार दी टिकट करवा देना ठीक है जी मैं सारा कुछ सेंड कर दूंगा ठीक है भैन ते ओथे हुण जे कोई ओदे नाल भैन जे कोई मैं तेरे नाल प्यार नहीं गल कर रिहा मेरी गल ध्यान नाल सुनी जेकर ओथे कोई ओदे नाल कोई लिख सुक ना होवे मेरी भैन बाकी वीरे तुसी पिंड दे वीर गवाज है ना जे जिम्मेवारी चक दे जे तुसी पिंड दी तुहाडी धी भैन क्योंकि मान लो कल नूं इह सानूं डाई ना देण मिले ना घरे परिवार फिर दसो ताड़ी कोई जिम्मेवारी चक ले भीर इतों तो मैं मतलब कि इदा ही चुप करके चल जाना
ਜ਼ਿੰਮੇਵਾਰੀ ਚੁਕਾ ਦਿਓ ਕਿਸੇ ਕਿਉਂਕਿ ਕੱਲ੍ਹ ਨੂੰ ਤੁਸੀਂ ਨਾ ਮੈਨੂੰ ਮਿਲੋ ਕਿਉਂਕਿ ਮੈਂ ਵੀਰ ਮਜਬੂਰ ਹਾਂ ਮੈਂ ਕੋਈ ਗਲਤ ਕੰਮ ਨਹੀਂ ਕਰਨ ਡਿਆ ਪਰ ਕੱਲ੍ਹ ਨੂੰ ਤੁਸੀਂ ਮੈਨੂੰ ਘਰੋਂ ਹੀ ਨਾ ਮਿਲੋ ਮੈਨੂੰ ਲੱਭੋ ਹੀ ਨਾ ਹੈ ਨਾ ਅਸੀਂ ਆਪਣੇ ਪ੍ਰਦੇਸ਼ ਚਲ ਜਾਣਾ ਹੈ ਨਾ ਹਾਂ ਜ਼ਿੰਮੇਵਾਰੀ ਲੈ ਲਓ ਕੋਈ ਮੇਰਾ ਵੀਰ ਹੈ ਨਾ ਇਕੱਠੇ ਕੰਮ ਦੇ ਲੱਗੇ ਸੀ ਇੱਥੋਂ ਹਾਂਜੀ